ਕਾਨਾ ਕਾਫੀ ਨਵੀਂ ਆ ਗਈ ਹੈ ਪਿਛਲੀ ਵਾਰਾ ਕੁਝ ਨਹੀਂ ਸੀਗਾ ਭਰਾਵਾਂ ਦਾ YouTube ਤੇ ਚੈਨਲ ਆ ਨਾਮ ਕੀ ਅੰਦਰੇ ਜੋ ਬਲੌਗ ਸਾਰਾ ਕਾਨਾ ਕੱਟ ਕੇ ਬਣਾਉਂਦਾ ਹੈ ਕੱਟਣਾ ਆ ਗਈ ਯਾਰ ਅੱਜ ਆ ਨਹੀਂ ਅੱਜ ਨਹੀਂ ਆਪਾਂ ਪਹਿਲਾਂ ਗਏ ਸੀ 16 ਦਸੰਬਰ ਨੂੰ ਤੇ ਅੱਜ ਆ ਤਰੀਕ ਦਸੰਬਰ 31 31 ਹੈ ਕਿ 30 ਹੈ ਅੱਜ 31 31 ਦਸੰਬਰ ਤੇ ਅੱਜ ਫੇਰ ਆਪਾਂ ਚੱਲੇ ਮੋਗਾ ਟ੍ਰੇਡ ਫੇਅਰ ਤੇ दूसरी तीसरी बार जो पहला वाले ब्लॉग नहीं देखे थले डिस्क्रिप्शन लिंक है दोवों का जाके पहले वो देखो फिर ये देखियो तो होर कोई गलबात है नहीं चढ़ते पे आ पहला वाले एक तो जमा नहीं रोकता पाया चली जाता चली जाता वाहवा दिन पहले शूट किया पाया पर आप 5-6 दिन पहला गा तो यह भी आजगा अज या कल च न्यू ईयर से एक आजगा या 31 आजगा तो बस जाके मिलते हैं असी अज फिर करके चले हैं क्योंकि पिछली बार आह बंदा रह गया ही साडा जाने वाला तो अज साडा तीजा साथी यानी नाल हो गया स्कूल देख गए पेपर असी गया फिर यार इस बार जाए ही दोबारा फिर एक बार ये भी देख लूगा ये यार हाँ न्यू ईयर है ला के आ गए स्कूटरी पैसे पहले ही फटा दें तेने टिकट खा वो यो पिछली बार वाली थान की ला दें उ नहीं पिछे ला दे भरावा मर्जी है उत्थे वधिया सी मैं तो कहना तू गया नहीं कितने अंदर होर कितने पैसे तुहाडे कोल आ एंट्री दे गाई साग ही हो गया दिखाई अही पैसे तीन टिकट दी दिते ही बंदे भी तीन टिकट सानू चार मिल गई लो तीन पैसे दो दे दिन की पता फिर तीन मिल जाए मोड़ के वेख ला की पता वीर भाई मुड़ जाना अपने पक्का लस्सी कराऊगा हूं आप जी और कोई चक्कर नहीं ठंडा जहा हो गया वापस आना मुड़े आ फिर अगली बार चला देंगे कोई ना इन कहना डेट लिखी है वापस होना ने करनी नहीं बेइज्जती कराऊगा ये लस्सी कराऊगा आपकी मैं कही जाना वापस उन्हें करनी नहीं कोई पता नहीं कही बाकी पैसे है जेब तेरे तेनू नहीं पुछा क्या नवी दुकान लग गई पिछली बार तो है नहीं सी दुकाना काफी नवी आ गई पिछली बार कुछ नहीं सी मुकन वाला सी ना डिपार्टमेंट एनक वाली चकती लैद की एक चकती एक आ गई होना कुड़ियों का समान थोड़ी दिखा आप कुड़ियों का जड़ी मर्जी चीज ले ला ब्याह दी है एनका भी एवे एनका एनका डांस होदी है म्यूजिक चार दे पैसे कट ले मैं चार टिकट दे मैं कहता तीन मंगे स्कीम ला गए चंगी कीती है ये अपने पैसे तेन दे दित्ते
ਟਿਕਟਾਂ ਉਹਨੇ ਚਾਰ ਦੇ ਦਿੱਤੀਆਂ ਇਹ ਆਪਣੇ ਤੇ ਲੋਦੇ ਆਪਾਂ ਇਹਨਾਂ ਤੇ ਲਾ ਇੱਕ ਟਿਕਟ ਮੋੜ ਕੇ ਪੈਸੇ ਲੈ ਆਏ ਵਾਪਸ ਫਿਰ ਕੀ ਆ ਵਿੱਚ ਵਿੱਚ ਲਗਾਈ ਹੋਣਾ ਐਤ ਕੀ ਗਾਈਸ ਤੁਸੀਂ ਪਿਛਲੇ ਵਲੌਗ ਜਿੰਦਾ ਦੇਖ ਲਿਆ ਹੁਣ ਆਪਾਂ ਉਹ ਲੈ ਲਈ ਸੀ ਚੰਡੋਲ ਵੀ ਲੈ ਲਈ ਸੀਗੀ ਉਹ ਡਰੈਗਨ ਵਾਲਾ ਵੀ ਲੈ ਲਿਆ ਸੀਗਾ ਦੇਖੋ ਮਾੜੀ ਕਲਿੱਪ ਜਾ ਕੇ ਤੁਸੀਂ ਕਿੱਥੇ ਆ ਸਾਈਡ ਤੇ ਉਹ ਵੀਰੇ ਸਭ ਤੋਂ ਉੱਤੇ ਆ ਕੇ ਹੋ ਤੇ ਇਸ ਵਾਰ ਆਪਾਂ ਆ ਲੈਣਾ ਦੇਖੀ ਜਾਊ ਕੀ ਹੁੰਦਾ ਥੋੜ੍ਹਾ ਹਨੇਰਾ ਹੋ ਜਾਈਏ ਆਪਾਂ ਫਿਰ ਲੈਣੇ ਆਣਾ ਆਹ ਲੈਣਾ ਆਹੀ ਹੈ ਮੇਰਾ ਹੋਰ ਕੋਈ ਲੈਣਾ ਨਹੀਂ ਆਪਾਂ ਲੈਣਾ ਵੀ ਰੁਮਾਲ ਬੰਨ ਕੇ ਠੀਕ ਹੈ ਹੋਰ ਤਾਂ ਲੈ ਲੈ ਸਾਰੇ ਭੂਤ ਬੱਕਰਾ ਚੰਡੋਲ ਅਸੀਂ ਲੈ ਲਈ ਅਸੀਂ ਲੈ ਲਿਆ ਪੁਰਾਣੇ ਵਲੌਗ ਸਾਰਾ ਦਿਖਾਤਾ ਰਹਿ ਕੋਈ ਗਿਆ ਨੀ ਰਹਿ ਮਰਦ ਵਾਲਾ ਆਹੀ ਗਿਆ ਸਾਡੇ ਹੁਣ ਅਸੀਂ ਐਨਕਾਂ ਦੇਖੀ ਜਾਂਦੇ ਸੀ ਉਹ ਐਨਕਾਂ ਵੇਚਣ ਵਾਲੇ ਬਾਈ ਨੂੰ ਲੱਗੇ ਕਿਤੇ ਸੱਚੀ ਲੈਣੀਆਂ ਨੇ ਬਾਅਦ ਚ ਦੇਖ ਦੂ ਕੇ ਗੱਲ ਟਾਲਣ ਲਈ ਉਹਨਾਂ ਨੂੰ ਕਹਿੰਦਾ ਗੂਗਲ ਪੇ ਚੱਲਦਾ ਤੁਹਾਡਾ ਉਹ ਕਹਿੰਦਾ ਨਹੀਂ ਅਸੀਂ ਵੀ ਕਹਿੰਦਾ ਨਹੀਂ ਬਸ ਦਿਲ ਸੇ ਬੁਰਾ ਲੱਗਤਾ ਹੈ ਭਾਈ ਆਈ ਗਿਆ ਨਹੀਂ ਤੇ ਯਾਰ ਬਾਜ਼ਾਰ ਤਾਂ ਕੀ ਦਿਖਾਉਣਾ ਤੁਹਾਨੂੰ ਦੇ ਆ ਕੀ ਚੀਜ਼ ਹੋਏ ਕੀ ਚੀਜ਼ ਆ ਪਤਾ ਨਹੀਂ ਕੀ ਚੀਜ਼ ਆ ਉਹ ਆ ਬੋਲ ਰਹੇ ਖੋਲ ਦੇ ਯਾਰ ਤੇਰੀ ਸਮਝਿਆ ਕਰ ਤੇ ਇਹ ਇਹ ਦੱਸ ਐਨਕਾਂ ਤੂੰ ਲਈਆਂ ਨਹੀਂ ਆ ਲਏਗਾ ਮੈਨੂੰ ਚਾਹੀਦੀ ਐ ਜੀ ਮੇਰੇ ਕੋਲ ਓਏ ਉਹ ਚੁੱਲਾ ਥੱਲੇ ਲਾਤਾ ਜੇਠਾ ਲਾ 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 ਉਹ ਥੱਲੇ ਸੁੱਟਤਾ ਬਾਈ ਨੂੰ ਕੱਢਾ ਕੇ ਦੇ ਸਾਨੂੰ ਤਾਂ ਆਹੋ ਪਿਛਲੀ ਵਾਰ ਜੇਠਾ ਲਾਲ ਲਾਇਆ ਸੀ ਯਾਰ ਨਾਲ ਵਿੱਚ ਪਾਉਣਾ ਸੀ ਹਾਂ ਯਾਰ ਹੋਰ ਤਾਂ ਦੁਕਾਨਾਂ ਦੁਕਾਨਾਂ ਪਿਛਲੀ ਵਾਰ ਯਾਰ ਦਿਖਾਇਆ ਯਾਰ ਵਲੌਗ 'ਚ ਜੇ ਨਹੀਂ ਵੇਖਿਆ ਇੱਕ ਵਾਰੀ ਫਿਰ ਕਹਿੰਦੇ ਨੇ ਡਿਸਕ੍ਰਿਪਸ਼ਨ 'ਚ ਦੋਵੇਂ ਵਲੌਗਾਂ ਦਾ ਲਿੰਕ ਜਾ ਕੇ ਵੇਖੋ ਠੀਕ ਹੈ ਚੈੱਕ ਕਰੋ ਸਾਰੀਆਂ ਦੁਕਾਨਾਂ ਪਹਿਲਾਂ ਦਿਖਾਈਆਂ ਸੀਗੀਆਂ ਐਤਕੀ ਆਪਾਂ ਵਾਲੀ ਭਕਾਈ ਨਹੀਂ ਮਾਰਨੀ ਵਲੌਗ 'ਚ ਸੋਚਦੇ ਹਾਂ ਵੀ ਇੱਕ ਵਲੌਗ 'ਚ ਹੀ ਮੁੱਕ ਜੇ ਜੇ ਨਾ ਮੁੱਕਿਆ ਫਿਰ ਵੇਖਦੇ ਹਾਂ ਕੀ ਬਣਦਾ ਇਹਨਾਂ ਨੂੰ ਕਹਿ ਲਾਈਟਾਂ ਲੂਟਾਂ ਛੱਡ ਦੇਣਾ ਹਨੇਰੇ ਹੋਈ ਛੱਡਣਗੇ ਤੁਹਾਡੇ ਕਈ ਦਿਖਾਉਣੀ ਯਾਰ ਤੇ ਗਾਈਸ ਵਰੁਣ ਪਿੰਡਰਾਂ ਵਾਲਾ ਇੱਥੇ ਆ ਆਪਾਂ ਵੇਖਦੇ ਹਾਂ ਜਾ ਕੇ ਫੋਟੋ ਫੁੱਟ ਕਰਾਉਂਦੇ ਹਾਂ ਤੇ ਕਰਾਈ ਸ਼ੋ ਹੋ ਜੂਗੀ ਤੁਹਾਨੂੰ ਗਾਹ ਅੱਗੇ ਹੈ ਨਾਲ ਦੇ ਹੈਗੇ ਉਹਦੇ ਵੀਰਾ ਆ ਗਏ ਇੱਥੇ ਤੇ ਪਿਆਮਾ ਮੇਰੇ ਨਾਲ ਦਾ ਪਾਇਆ ਵੀਰੇ ਨੇ ਜਮਾਂ ਸੇਮ ਨੌ ਸਵਾਲ ਤੇਰੇ ਪੈਂਟ ਪਾਈ ਹੈ ਓਏ ਉਹ ਵੇਖ ਨਾਰਥ ਫੇਸ ਵਾਲਾ ਜਾ ਕੇ ਚੱਲਦੇ ਹਾਂ ਵੀਰੇ ਨੂੰ ਕੀ ਕਹਿੰਦੇ ਜਾ ਕੇ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਫੋਟੋਗ੍ਰਾਫ ਦੇਖ ਲਓ ਇੱਥੇ ਕਰਦੇ ਆ ਤੇ ਗਾਈਸ ਆਪਾਂ ਕਰਾ ਲਈ ਫੋਟੋ ਬਹੁਤ ਵਧੀਆ ਨੇਚਰ ਸੀ ਨਾ ਵੀਰੇ ਦਾ ਵਧੀਆ ਮਿਲ ਮੁਲ ਕੇ ਗਏ ਆਪਾਂ ਨੂੰ ਬੁਲਾ ਕੇ ਚੰਗੀ ਤਰ੍ਹਾਂ ਵਧੀਆ ਫੋਟੋ ਅੱਗੇ ਜਾ ਕੇ ਵੇਖੋ ਫੋਟੋ ਸ਼ੋਅ ਹੁੰਦੀ ਪਈ ਹੈ ਇੱਥੇ ਬਹੁਤ ਵਧੀਆ ਮਿਲੇ ਬਹੁਤ ਗੱਲਾਂ ਬਾਤਾਂ ਕੀਤੀਆਂ ਹਨਾ ਵਧੀਆ ਸੀਗਾ ਸੁਭਾਅ ਤੇ ਉਹ ਵੀ ਵਲੌਗ ਸ਼ੂਟ ਕਰਦੇ ਪਏ ਸੀ ਸਾਡੇ ਵਾਂਗੂ ਤੇ ਉਹਨਾਂ ਦੇ ਚੈਨਲ ਤੇ ਵੀ ਉਹਨਾਂ ਦੇ ਵਲੌਗ 'ਚ ਅਸੀਂ ਆਏ ਹਾਂ ਤੇ ਉਹਨਾਂ ਦੇ ਚੈਨਲ 'ਤੇ ਜਾ ਕੇ ਵੇਖਿਓ ਅਸੀਂ ਆਏ ਹਾਂ ਵਲੌਗ 'ਚ ਬਹੁਤ ਵੱਡੀ ਗੱਲ ਆ ਵਰੁਣ ਵੀਰੇ ਦੇ ਚੈਨਲ ਦੇ ਵਲੌਗ ਆਊਗਾ ਉਹ 'ਚ ਅਸੀਂ ਆਵਾਂਗੇ ਤੇ ਜੇ ਉਹ ਵਲੌਗ ਮੇਰੇ ਤੋਂ ਪਹਿਲਾਂ ਆ ਗਿਆ ਮੈਂ ਉਹਦੀ ਕਲਿੱਪ ਵੀ ਤੁਹਾਨੂੰ ਦਿਖਾ ਦਿੰਦਾ ਜੇ ਨਾ ਆਇਆ ਡਿਸਕ੍ਰਿਪਸ਼ਨ 'ਚ ਲਿੰਕ ਪੈ ਜੂਗਾ ਜਾ ਕੇ ਉਹ ਵੀ ਵੇਖ ਲਿਓ ਬਸ ਕਰਾ ਲਿਆ ਪਹਿਲੀ ਵਾਰ ਕਿਸੇ ਨੂੰ ਆਪਾਂ ਮਿਲਿਆ ਖੁਸ਼ੀ ਹੋਈ ਵੀ ਪਹਿਲੀ ਵਾਰ ਆਪਾਂ ਨੂਰ ਵਰੁਣ ਵੀਰੇ ਨੂੰ ਮਿਲੇ ਹਾਂ ਉਹ ਸ਼ੀਸ਼ੇ 'ਚ ਆ ਕੇ ਗਾਈਸ ਅਸੀਂ ਸ਼ੀਸ਼ਾ ਹੀ ਬੜਾ ਹੈ ਦੇਖ ਤੂੰ ਹੀ ਆਇਆ ਉਹ ਚੱਲੀਏ ਲਾਈਟਾਂ ਤਾਂ ਜਗ ਪਈਆਂ ਪਿੱਛੇ ਵੇਖ ਲਾ ਜੱਸੂ ਨੇ ਮਿਲਦੇ ਜਾਣਾ ਸੀਗਾ ਜੱਸੂ ਨੇ ਥੱਲੇ ਆਉਣਾ ਕੁਰਚ ਕੁਰਚ ਲਾਉਣਾ ਪੈਣਾ ਜਿਹੜੇ ਆਪਣੇ ਫੈਨ ਦਾ ਮੈਸੇਜ ਆਇਆ ਹੋਰ ਨਾ ਇੱਥੇ ਮਿਲ ਜਾਏ ਆਪਾਂ ਊਠ ਤੇ ਹਾਰਨ ਲਵਾ ਦੋ ਦਾ ਆਇਆ ਸੀ ਮੈਨੂੰ